الشيطان الرجيم. بسم الله الرحمن الرحيم. قل يا أيها الكافرون لا أعبد ما تعبدون ولا أنتم عابدون ما أعبد ولا أنا عابد ما عبدتم ولا أنتم عابدون ما أعبد لكم دينكم ولي دين. صدق الله العظيم. ਨਾ ਅੱਜ ਇਹਨਾਂ ਨੂੰ ਦੱਸ ਦਿਓ ਕਿ ਪੇਮੈਂਟ ਕੋਈ ਨਹੀਂ ਅੱਜ ਕਰਾਣੀ। ਠੀਕ ਹੈ ਜੀ, ਦੋ ਤਿੰਨ ਇਸ਼ੂ ਬਾਰੇ ਸੀ ਉਹ ਮਾਮਲੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਸਭ ਤੋਂ ਪਹਿਲੇ ਆਉਣ ਵਾਲੇ ਭਾਈਆਂ ਦਾ ਸ਼ੁਕਰੀਆ ਕਿ ਤੁਸੀਂ ਆਉਂਦੇ ਹੋ ਤੇ ਸਾਡੀ ਰੌਣਕ ਨੂੰ ਆ ਕੇ ਵਧਾਉਂਦੇ ਹੋ। ਔਰ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ, ਅਸੀਂ ਇੱਥੇ 3 ਦਿਨ ਗੱਡੀਆਂ ਦਾ ਕਾਰ ਮੇਲਾ ਲਾਈਦਾ ਅਲ ਜਲੀਲ ਗਾਰਡਨ, ਬੁੱਧ, ਜੁਮਾ, ਇਤਵਾਰ। ਔਰ ਕਾਫੀ ਲੋਕ ਨਾ ਅੱਗੇ ਪਿੱਛੇ ਵੀ ਆ ਜਾਂਦੇ ਨੇ, ਲੇਕਿਨ ਮੈਂ ਉਹਨੂੰ ਰੋਕਦਾ ਸਾਂ ਕਿ ਤੁਸੀਂ ਅੱਗੇ ਪਿੱਛੇ ਨਾ ਆਇਆ ਕਰੋ, ਵੀ ਕੋਈ ਇੰਨਾ ਸਫ਼ਰ ਕਰਕੇ ਆਓ, ਤੁਹਾਡਾ ਕੰਮ ਨਾ ਹੋਵੇ। ਇੱਕ ਗੱਡੀ ਵਾਸਤੇ ਮੈਂ ਕਦੀ ਵੀ ਕਿਸੇ ਨੂੰ ਨਹੀਂ ਬੁਲਾਇਆ, ਭਾਵੇਂ ਮੈਂ ਹੁਣ ਤਾਂ ਚਲੋ ਬਾਜ਼ਾਰ ਬਜ਼ੂਰ ਲਾਉਣ ਲੱਗ ਪਿਆ। ਵੈਸੇ ਵੀ ਮੇਰੀ ਆਦਤ ਹੈ ਕਿ ਜਦੋਂ ਮੈਂ ਇਕੱਲੀ ਇਕੱਲੀ ਗੱਡੀ ਵੇਚਦਾ ਹੁੰਦਾ ਸਾਂ ਨਾ, ਉਦੋਂ ਵੀ ਮੈਂ ਕੀ ਕਰਦਾ ਹੁੰਦਾ ਸਾਂ ਕਿ ਜਦੋਂ ਦੂਰ ਦਰਾਜ ਤੋਂ ਕੋਈ ਮੈਂ ਆਪਣੀ ਗੱਡੀ ਵਾਸਤੇ ਕਸਟਮਰ ਨੂੰ ਬੁਲਾਉਂਦਾ ਸਾਂ ਨਾ, ਅਤੇ ਮੈਂ ਉਹਦੇ ਆਉਂਦਿਆਂ ਨੂੰ ਨਾ 8-10 ਗੱਡੀਆਂ ਅੱਗੇ ਘੇਰ ਕੇ ਰੱਖੀਆਂ ਹੋਣੀਆਂ, ਵੀ ਜੇ ਉਹਨੂੰ ਮੇਰੀ ਪਸੰਦ ਨਾ ਆਏਗੀ ਗੱਡੀ ਤਾਂ ਮੈਂ ਕੋਈ ਹੋਰ ਗੱਡੀ ਦੇ ਕੇ ਉਹਨੂੰ ਭੇਜਾਂ, ਤਾਂ ਕਿ ਉਹਨੂੰ ਫੇਰਾ ਨਾ ਪਵੇ। ਔਰ ਅੱਜ ਤੱਕ ਕੋਈ ਦਿਨ ਪੈਦਾ ਹੀ ਨਹੀਂ ਹੋਇਆ ਕਿ ਜਿੱਦਣ ਮੈਂ ਕਿਸੇ ਬੰਦੇ ਨੂੰ ਗੱਡੀ ਨਾ ਦਿੱਤੀ ਹੋਵੇ ਅਤੇ ਬੰਦਾ ਖਾਲੀ ਵਾਪਸ ਗਿਆ ਹੋਵੇ ਖਰਚਾ ਕਰਕੇ। ਔਰ ਮੈਨੂੰ ਉਹਦੀ ਤਕਲੀਫ ਨੂੰ, ਉਹਦੀ ਤਕਲੀਫ ਨੂੰ ਮੈਂ ਆਪਣੀ ਤਕਲੀਫ ਸਮਝਦਾ ਸਾਂ। ਇਹੋ ਹੀ ਮੇਰੀ ਕਾਮਯਾਬੀ ਹੈ। ਮੈਂ ਡੀਲਰ ਭਰਾਵਾਂ ਨੂੰ ਕਹਾਂਗਾ ਸਾਰਿਆਂ ਨੂੰ ਕਿ ਇਹ ਨਾ ਸੋਚਿਆ ਕਰੋ ਕਿ ਮੇਰਾ ਹੀ ਸੌਦਾ ਵਿਕੇ, ਕੋਸ਼ਿਸ਼ ਕਰਿਆ ਕਰੋ ਜੀ, ਅਗਰ ਉਹਦਾ ਕੰਮ ਹੋਣਾ ਚਾਹੀਦਾ ਜਿਹੜਾ ਬੰਦਾ ਤੁਹਾਡੇ ਕੋਲ ਆਇਆ। ਔਰ ਅਗਰ ਤੁਹਾਡੇ ਕੋਲ ਇੱਕ ਗੱਡੀ ਲੈਣ ਆਉਂਦਾ ਤਾਂ ਤੁਸੀਂ ਕੰਮ ਕਹੋ 2-4-5 ਗੱਡੀਆਂ ਅੱਗੇ ਟਰੇਸ ਕੇ ਰੱਖਿਆ ਕਰੋ ਉਹਦੇ ਆਉਂਦਿਆਂ ਨੂੰ, ਤਾਂ ਕਿ ਆਪਣਾ ਇੱਕ ਗੱਡੀ ਨਹੀਂ ਤੁਹਾਡੀ ਪਸੰਦ ਆਈ ਤਾਂ ਉਹਨੂੰ ਫੇਰਾ ਤਾਂ ਨਾ ਪਵੇ। ਉਹ ਜਾਂਦਿਆਂ ਦੀ ਅਗਰ ਵੇਖੋ, ਅਸੀਂ ਡੀਲਰ ਕੀ ਕਰਨੇ, ਅਸੀਂ ਗਲਤ ਬਿਆਨੀਆਂ ਵੀ ਕਰਨੇ ਆ ਲੋਕਾਂ ਨਾਲ। ਗੱਡੀ ਸਾਡੀ ਹੁੰਦੀ ਹੈ ਸਾਰੀ ਟਚਿੰਗ ਵਾਲੀ, ਅਸੀਂ ਝੂਠ ਬੋਲ ਕੇ ਲੋਕਾਂ ਨੂੰ ਬੁਲਾਉਂਦੇ ਹਾਂ ਕਿ ਜੀ ਆ ਜਾਓ ਜੀ ਗੱਡੀ ਟੋਟਲ ਜੈਨੂਇਨ ਹੈ। ਅੱਗੇ ਆਉਂਦਾ 2-3-4 ਪੀਸ ਧੱਕੇ ਨਾਲ ਪੇਂਟ ਨਿਕਲ ਆਉਂਦੇ ਨੇ ਨਾ, ਇਹ ਬੜਾ ਹੀ ਗਲਤ ਤਰੀਕਾਕਾਰ ਹੈ। ਉਹ ਫਿਰ ਜਦੋਂ ਬੰਦਾ ਤੋੜ ਤੱਕ ਜਾਂਦੇ ਆ, ਤੋੜ ਗਾਲਾਂ ਕੱਢਦਾ ਜਾਂਦਾ, ਜੇ ਪਿੰਡੀਓ ਆਇਆ, ਇਸਲਾਮਾਬਾਦ ਆਇਆ ਤਾਂ ਤੋੜ ਤੱਕ ਕਹਿੰਦਾ ਯਾਰ ਬੜਾ ਗੰਦਾ ਆਦਮੀ ਸੀ ਜਿਹਦੇ ਕੋਲ ਗਿਆ ਸਾਂ, ਉਹਨੇ ਝੂਠ ਬੋਲਿਆ। ਸਾਡੀ ਕਾਮਯਾਬੀ ਇਹ ਕਿ ਅਸੀਂ ਰੇਟ ਜਿਹੜਾ ਉਹ ਹੀ ਲੈ ਰਹੇ ਹੁੰਦੇ ਹਾਂ, ਪਰ ਸਾਨੂੰ ਨਾ ਆਦਤ ਪੈ ਗਈ ਅਸੀਂ ਝੂਠ ਜ਼ਰੂਰ ਬੋਲਣਾ। ਝੂਠ ਬੋਲਣ ਦਾ ਫਾਇਦਾ ਕੋਈ ਨਹੀਂ, ਇੱਕ ਝੂਠ ਨੂੰ ਤੁਸੀਂ ਬਚਾਉਣ ਵਾਸਤੇ ਤੁਹਾਨੂੰ 100 ਝੂਠ ਬੋਲਣਾ ਪੈਂਦਾ, ਝੂਠ ਫਿਰ ਝੂਠ ਨਹੀਂ ਰਹਿੰਦਾ। ਅਗਲਾ ਕਿਹੜਾ ਇੰਨਾ ਹੁੰਦਾ ਜਿਹਨੇ ਗੱਡੀ ਦੇ ਪੈਸੇ ਭਰਨੇ, ਉਹਨੂੰ ਸਾਰਾ ਹੀ ਪਤਾ ਹੁੰਦਾ। ਲੇਕਿਨ ਕੋਸ਼ਿਸ਼ ਕਰਿਆ ਕਰੋ ਕਿ ਵੇਖੋ ਮੈਂ ਕੀ ਕਰਨਾ, ਮੈਂ ਕਹਿੰਦਾ ਲੋਕਾਂ ਨੂੰ ਮੇਰੀ ਗੱਡੀ ਘਰ ਲਿਜਾ ਕੇ ਲੋਕੀ ਚੈੱਕ ਕਰਦੇ ਨੇ ਨਾ, ਤੇ ਇੱਕ ਪੀਸ ਮੈਂ ਕਹਿੰਦਾ ਨਾ ਪੇਂਟ ਹੈ ਤੇ ਉਹ ਅੱਲਾ ਦੇ ਹੁਕਮ ਨਾਲ ਟੋਟਲ ਜੈਨੂਇਨ ਹੁੰਦੀ ਹੈ। 2 ਪੀਸ ਕਹਿੰਦਾ ਨਾ ਪੇਂਟ ਨੇ ਤੇ ਟੋਟਲ ਜੈਨੂਇਨ ਹੁੰਦੀ, ਮੇਰੀ ਇੱਕ ਆਦਤ ਹੈ ਕੋਈ ਮੈਨੂੰ ਕਵੇ ਨਾ ਟੋਟਲ ਜੈਨੂਇਨ, ਇਹ ਇਹਦੀ ਸੁਣ ਲਓ, ਇਹ ਅਗਲੇ ਦਿਨ ਨਾ ਟੋਟਲ ਚਾਹ ਲਾਂਗੇ, ਮਾੜੀ ਗੱਡੀ ਲਿਆਉਂਦਾ ਹੀ ਨਹੀਂ, ਇਹਨੇ ਟੋਟਲ ਜੈਨੂਇਨ ਗੱਡੀ ਸੀ। ਮੈਨੂੰ ਆਉਂਦਾ ਡੋਗਰ ਸਾਹਿਬ ਮੇਰੀ ਟੋਟਲ ਜੈਨੂਇਨ, ਮੈਂ ਕਿਹਾ ਯਾਰ ਤੂੰ ਚੁੱਪ ਕਰ ਜਾ, ਮੈਂ 2 ਪੀਸ ਪੇਂਟ ਕਰਕੇ ਦੇਣੀ ਹੈ ਮੇਰੇ ਆਪਣੇ ਘਰ ਲਿਜਾ ਕੇ ਵੇਖੇਗਾ ਤੇ ਇਹਨੂੰ ਵੱਧ ਲੱਗੇਗੀ ਗੱਡੀ। ਜੇ ਅਗਰ ਅਕਸਰ ਮੈਨੂੰ ਲੋਕੀ ਨਾ ਮੇਰੇ ਵੀਡੀਓ ਥੱਲੇ ਕਮੈਂਟ ਕਰ ਰਹੇ ਹੁੰਦੇ ਨੇ ਕਿ ਇਹ ਡੋਗਰ ਕੀ ਗਾੜੀ ਨਾ ਸਾਰੀਆਂ ਅਖੇ ਪੇਂਟ ਹੀ ਹੁੰਦੀਆਂ ਨੇ, ਜੈਨੂਇਨ ਹੁੰਦੀਆਂ, ਇਹ ਗਲਤ ਗੱਲ ਹੈ। ਮੇਰੇ ਕੋਲ ਇੱਥੇ ਵੇਖੋ ਕਿੰਨੀਆਂ ਸਾਰੀਆਂ ਗੱਡੀਆਂ, ਤਕਰੀਬਨ ਅੱਧੀਆਂ ਨਾਲ ਬਹੁਤੀਆਂ ਜੈਨੂਇਨ ਖਲੋਤੀਆਂ ਨੇ ਗੱਡੀਆਂ, ਲੇਕਿਨ ਮੇਰੀ ਇੱਕ ਆਦਤ ਹੈ ਮੇਰੇ ਗੱਡੀ ਦੇ 3-4-5 ਪੀਸ ਪੇਂਟ ਵੀ ਹੋਣ ਨਾ ਤੇ ਮੈਂ ਕਹਿੰਦਾ ਸਾਰੀ ਪੇਂਟ ਜੀ, ਛੱਤ ਪਿੱਲਰ ਜੈਨੂਇਨ, ਤਾਂ ਕਿ ਘਰ ਲਿਜਾ ਕੇ ਨਾ ਬੰਦੇ ਵਿਖਾਉਂਦੇ ਨੇ। ਜ਼ਾਹਰੀ ਗੱਲ ਜਿਹਨੇ ਪੈਸੇ ਭਰਨੇ ਨੇ ਘਰ ਜਾ ਕੇ ਕਿਸੇ ਮਿਸਤਰੀ ਨੂੰ ਵਿਖਾਉਣੀ, ਬੇਲੀਆਂ ਸੱਜਣਾ ਨੂੰ ਵਿਖਾਉਣੀ ਹੈ, ਤੇ ਉਹਨਾਂ ਨੂੰ ਜਾ ਕੇ ਜਦੋਂ ਵਿਖਾਉਂਦਾ ਨਾ ਤੇ ਉਹ ਕਹਿੰਦੇ ਨੇ ਯਾਰ ਇਹ ਤੂੰ ਤਾਂ ਕਿੰਨਾ ਪੇਂਟ ਹੈ ਤੇ ਗੱਡੀ ਤੇ ਤੇਰੀ ਜੈਨੂਇਨ ਹੈ, ਉਹਦਾ ਦਿਲ ਜਿਹੜਾ ਨਾ ਖਿਲਦਾ ਅੰਦਰੋਂ
ਉਹਨੂੰ ਖੁਸ਼ੀ ਹੁੰਦੀ ਹੈ ਕਿ ਯਾਰ ਉਹ ਬੰਦੇ ਨੇ ਮੇਰੇ ਨਾਲ ਭਾਈਆਂ ਵਾਲੀ ਗੱਲ ਕੀਤੀ ਹੈ, ਤੇ ਜੇ ਉਹਨੂੰ ਬੰਦਾ ਅੱਗੋਂ ਕਵੇ ਕਿ ਇਹਦੇ ਭੈਣ ਚੋਂ ਬੇਕਾਰ ਗੱਡੀ ਲੈ ਆਇਆ, ਇਹਦਾ ਇੰਜਣ ਵੀ ਡਾਉਣੀ, ਇਹਦੇ ਪੱਲੇ ਹੀ ਕੁਝ ਨਹੀਂ, ਇਹਦੇ ਐਕਸੀਡੈਂਟ ਸਾਰੀ ਬੜੀ ਹੋਈ ਹੈ, ਬਣੀ ਹੋਈ ਹੈ, ਤੂੰ 30 ਲੱਖ ਦੀ ਲਾਇਆ ਗੱਡੀ ਤੇ 25 ਲੱਖ ਦੀ ਨਹੀਂ ਹੈਗੀ। ਉਹ ਕਹਿੰਦਾ ਹੈ ਮੈਂ ਤਾਂ ਲੁੱਟਿਆ ਗਿਆ, ਤੇ ਉਹ ਫਿਰ ਨਾ ਲੋਕਾਂ ਨੂੰ ਅੱਗੇ ਵੀ ਜਾ ਕੇ ਦੱਸਦਾ ਵੀ ਯਾਰ ਉਹ ਫਰਾਡੀ ਆ ਜੇ, ਉਹਦੇ ਕੋਲ ਨਾ ਜਾਇਆ ਜੇ। ਔਰ ਅਸੀਂ ਇਸੇ ਤਰ੍ਹਾਂ ਸਾਡੀ ਮਾਰਕੀਟ ਦਾ ਬੇੜਾ ਗਰਕ ਹੋ ਗਿਆ, ਸਾਡੇ ਡੀਲਰ ਭਰਾਵਾਂ ਦਾ ਬੇੜਾ ਗਰਕ ਹੋ ਗਿਆ। ਲੱਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਡੀਲਰ ਭਰਾਵਾਂ ਨੂੰ ਅਸੀਂ ਇਹਨਾਂ ਨੂੰ ਉੱਤੇ ਲੈ ਕੇ ਜਾ ਰਹੇ ਹਾਂ, ਕੋਸ਼ਿਸ਼ ਸਾਡੀ ਇਹੀ ਹੈ ਕਿ ਇਹਨਾਂ ਦਾ ਨਾਮ ਜਿਹੜਾ ਉੱਤੇ ਜਾਵੇ। ਇਹੋ ਜਿਹੇ ਅਸੀਂ ਕੰਮ ਕਰ ਰਹੇ ਹਾਂ, ਵੇਖੋ ਇਹ ਅਸੀਂ ਸਿੱਧਾ ਸਿੱਧਾ ਕੰਮ ਕਰਤਾ, ਨਾ ਲੈਣ ਵਾਲੇ ਨੂੰ ਟੈਨਸ਼ਨ, ਨਾ ਦੇਣ ਵਾਲੇ ਨੂੰ, ਦੋਵਾਂ ਨੂੰ ਪਤਾ ਵੀ ਬੋਲੀ ਦੇ ਵਿੱਚ ਜੋ ਰੇਟ ਲੱਗਣਾ ਉਹ 5000 ਜਿੰਨੇ ਵਧਾਉਣਾ ਉਹਨੂੰ ਗੱਡੀ ਮਿਲ ਜਾਣੀ। ਦੂਜੇ ਨੰਬਰ 'ਤੇ ਬੋਲੀ ਦੇਣ ਲੱਗਿਆ ਡਰਿਆ ਨਾ ਕਰੋ, ਇੱਥੇ ਤਰੀਕੇਕਾਰ ਇਹ ਕਿ ਨਾ ਬੋਲੀ ਦੇਣ ਲੱਗਿਆ ਜਿਹੜਾ ਬੰਦੇ ਦੀ ਗੱਡੀ ਹੈ ਨਾ ਉਹ ਸਾਡੇ ਨਾਲ ਨਾਰਾਜ਼ ਹੋਇਆ ਕਰੇ। ਸਾਡੇ ਕੋਲ ਪਹਿਲੇ ਗੱਡੀ ਨਹੀਂ ਅਸੀਂ ਵੇਖਣ ਦਿੰਦੇ ਕਿਸੇ ਨੂੰ, ਪਹਿਲੇ ਗੱਡੀ ਨਹੀਂ ਵੇਖਣੀ ਕਿਸੇ ਨੇ ਵੀ, ਪਹਿਲੇ ਗੱਡੀ ਦਾ ਸੌਦਾ ਹੋਣਾ, ਜੋ ਉਹਨੇ ਕੰਡੀਸ਼ਨ ਦੱਸਣੀ ਹੈ ਉਹਦੇ ਮੁਤਾਬਕ, ਬਾਅਦ 'ਚ ਉਹਦੀ ਇੰਸਪੈਕਸ਼ਨ ਹੋਣੀ ਹੈ। ਉਹ ਤੁਸੀਂ ਵੀ ਕਰਨੀ ਹੈ ਤੇ ਮੈਂ ਵੀ ਕਰਨੀ ਹੈ, ਜੇ ਤੁਹਾਨੂੰ ਕਰਨੀ ਆਉਂਦੀ ਹੈ ਠੀਕ ਹੈ, ਨਹੀਂ ਤੇ ਮੈਨੂੰ ਦੱਸੋ ਮੈਂ ਤੁਹਾਨੂੰ ਚੈੱਕ ਕਰਕੇ ਦਿਆਂ। ਕੋਈ ਉਹਦੀ ਫੀਸ ਨਹੀਂ ਹੈਗੀ, ਅਗਰ ਉਹ ਕੰਡੀਸ਼ਨ ਮੁਤਾਬਕ ਉਹਦੇ ਨਿਕਲੀ ਜੋ ਉਹਨੇ ਦੱਸੀ ਹੈ ਫਿਰ ਸੌਦਾ ਠੀਕ ਹੈ, ਅਗਰ ਉਹਦੀ ਕੰਡੀਸ਼ਨ ਦੇ ਮੁਤਾਬਕ ਗੱਡੀ ਨਹੀਂ ਨਿਕਲਦੀ, ਫਰਕ ਨਿਕਲਦਾ, ਫਿਰ ਅਸੀਂ ਤੁਹਾਨੂੰ ਪੁੱਛਾਂਗੇ ਹਾਂ ਬਈ ਰੇਟ ਵੈਸੇ ਠੀਕ ਹੈ ਗੱਡੀ ਦਾ, ਜੇਕਰ ਸਾਨੂੰ ਸਮਝ ਆਉਂਦਾ ਆ ਕਿ ਰੇਟ ਠੀਕ ਹੈ ਤੇ ਫਿਰ ਕਹਾਂਗੇ ਯਾਰ ਕੋਈ ਨਹੀਂ ਓਕੇ ਕਰ ਲਾ ਦੀ ਸਪੁਰਦ, ਤੇ ਜੇ ਤੁਹਾਨੂੰ ਮਹਿੰਗੀ ਲੱਗਦੀ ਹੋਈ ਤੇ ਆਪਾਂ ਇਹਨੂੰ ਕੈਂਸਲ ਕਰ ਦਿਆਂਗੇ। ਉਹ ਬਿਆਨਾ ਤੁਹਾਡਾ 5000 ਰੁਪਇਆ ਵਾਪਸ ਹੋਏਗਾ। ਟਾਈਮ ਹੋਏਗਾ ਰਾਤ 12 ਵਜੇ ਤੱਕ, ਅੱਧੇ ਘੰਟੇ ਦਾ ਨਹੀਂ, ਘੰਟੇ ਦਾ ਨਹੀਂ, 12 ਵਜੇ ਤੱਕ ਟਾਈਮ। ਕਿਉਂ ਕੀਤਾ ਕਿ ਰਾਤ ਨੂੰ ਬਿਆਨੇ ਕਰ ਜਾਂਦੇ ਨੇ ਤੇ ਦਿਨੇ ਆ ਕੇ ਇੱਥੇ ਆਉਂਦੇ ਨੇ। ਡੋਗਰ ਸਾਹਿਬ ਉੱਠਿਆ ਜੇ ਤੇਰਾ ਗੱਡੀ ਚੈੱਕ ਕਰਿਆ ਜੇ, ਡੋਗਰ ਸਾਹਿਬ ਨੇ ਦਿਨੇ ਕੋਈ ਗੱਡੀ ਗੁੱਡੀ ਚੈੱਕ ਕਰਨੀ, ਨਾ ਤੁਹਾਨੂੰ ਅਸੀਂ ਕਰਨ ਦੇਣੀ ਹੈ, ਦਿਨੇ ਕਰਨੀ ਜੇ ਤਾਂ ਬਿਆਨਾ ਤੁਹਾਡਾ ਜਾਂਦਾ ਰਹਿਣਾ। ਰਾਤ 12 ਵਜੇ ਤੱਕ ਟਾਈਮ ਦਿੱਤਾ ਤੁਹਾਨੂੰ, ਹੁਣ 4 ਵਜੇ ਨੇ, 5 ਵਜੇ ਨੇ, 12 ਵਜੇ ਤੱਕ ਤੁਸੀਂ ਸੋਚੋ, ਵਿਚਾਰ ਕਰੋ, ਰਿਸ਼ਤੇਦਾਰਾਂ ਨਾਲ ਮਸ਼ਵਰੇ ਕਰੋ। ਇੱਥੇ ਹੁੰਦਾ ਕੀ ਹੈ, ਇੱਕ ਗੱਡੀ ਬੰਦਾ ਲੈ ਲੈਂਦਾ ਤੇ ਅੱਗੋਂ ਹੋਰ ਬਾਰੇ ਦੀ ਨਜ਼ਰ ਆ ਜਾਂਦੀ ਕੋਈ ਨਾ ਕੋਈ, ਉਹਨੂੰ ਛੱਡ ਦਿੰਦਾ। ਛੱਡ ਦਿਓ ਕੋਈ ਗੱਲ ਨਹੀਂ, ਪਰ ਮੌਕੇ ਤੇ ਛੱਡ ਦਿਓ। ਇਹ ਨਹੀਂ ਕਿ ਜਿਹਦੀ ਤੁਸੀਂ ਛੱਡਦੇ ਸਵੇਰੇ ਤੇ ਉਹਨੇ ਵਿਚਾਰੇ ਨੇ ਕਿੱਥੇ ਜਾਣਾ, ਪੇਮੈਂਟ ਕਿੱਥੋਂ ਲਏਗਾ। ਹੋ ਸਕਦਾ ਕਿਸੇ ਨੇ ਆਪਣੀ ਸਿਸਟਰ ਦੀ ਸ਼ਾਦੀ ਕਰਨੀ, ਕਿਸੇ ਨੇ 100 ਮਾਮਲਾਤ ਨੇ, ਜ਼ਰੂਰਤਾਂ ਭਰੂ ਲੋਕ ਇੱਥੇ ਗੱਡੀਆਂ ਵੇਚਣ ਆਉਂਦੇ ਨੇ। ਗੱਡੀਆਂ ਇਸ ਟਾਈਮ ਕੋਈ ਜੇ ਵੇਚਦੀਆਂ ਪਈਆਂ ਬਾਹਰ, ਜਿੱਥੇ ਮਰਜ਼ੀ ਲੈ ਜਾਓ, ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਕਿਸੇ ਸ਼ੋਰੂਮ ਤੇ ਲੈ ਜਾਓ, ਅੱਲਾ ਦੀ ਕਸਮ ਮੂੰਹ ਸਿੱਧਾ ਹੀ ਨਹੀਂ ਕਰਦੇ ਸ਼ੋਰੂਮ ਵਾਲੇ ਕੋ, ਦੂਰੋਂ ਹੀ ਕਹਿ ਦਿੰਦੇ ਨੇ ਅਸੀਂ ਨਹੀਂ ਲੈਣੀ। ਉਹਨੇ ਅਗਲਾ ਹੀ ਮਾਲ ਨਹੀਂ ਵਿਕਣ ਡਿਆ ਤੇ ਅਸੀਂ ਇਹਨੂੰ ਲੈ ਕੇ ਕੀ ਕਰਨਾ। ਸਾਡੇ ਕੋਲ ਮਾਸ਼ਾਅੱਲਾ ਕਸਟਮਰ ਵੀ ਵੱਧ ਹੋਏ, ਜਿੰਨਾ ਮੇਰੇ ਕੋਲ ਅੱਗੇ ਇਨਵੈਸਟਰ ਸੀ ਉਨਾ ਹੀ ਕਸਟਮਰ ਹੋ ਗਿਆ। ਮੈਂ ਮੇਲਾ ਲਾਉਣਾ ਸੀ ਆਪਣੇ ਇਨਵੈਸਟਰਾਂ ਵਾਸਤੇ ਕਿ ਅਸੀਂ ਆਪਣੇ ਇਨਵੈਸਟਰਾਂ ਨੂੰ ਸੌਦਾ ਦੇਵਾਂਗੇ, ਅਸੀਂ ਆਪਣੇ ਇਨਵੈਸਟਰਾਂ ਨੂੰ ਫਿਰ ਲੈ ਕੇ ਤੇ ਵੇਚਾਂਗੇ ਪੂਰਾ ਹਫ਼ਤਾ। ਲੇਕਿਨ ਇੱਥੇ ਸਿਸਟਮ ਹੋ ਗਿਆ ਉਲਟ, ਹੁਣ ਮੇਰੇ ਕੋਲ ਇਨਵੈਸਟਰਾਂ ਦੀ ਜਗ੍ਹਾ ਤੇ ਮੇਰੇ ਕੋਲ ਮੇਰੇ ਇਨਵੈਸਟਰ ਮੇਰੇ ਨਾਲ ਲੜਦੇ ਨੇ, ਮੈਂ ਉਹਨਾਂ ਨੂੰ ਬੋਲੀ ਨਹੀਂ ਲਾਉਣ ਦਿੰਦਾ, ਕਿਉਂਕਿ ਉਹ ਜੇ ਬੋਲੀ ਲਾਉਂਦੇ ਨੇ ਤਾਂ ਲੋਕੀ ਆਉਂਦੇ ਨੇ ਫੇਕ ਬੋਲੀ ਲੱਗ ਰਹੀ ਹੈ। ਮੈਂ ਹੁਣ ਉਹਨਾਂ ਨੂੰ ਬੋਲੀ ਨਹੀਂ ਰੋਕਿਆ ਹੋਇਆ, ਅੱਜ ਮਹੀਨਾ ਹੋ ਗਿਆ ਮੈਂ ਬੋਲੀ ਨਹੀਂ ਲੱਗਣ ਦਿੱਤੀ। ਮੈਂ ਨਾ ਗਾਹਕ ਬੋਲੀ ਲਾਉਂਦੇ ਨੇ, ਗਾਹਕ ਗੱਡੀ ਲੈ ਜਾਂਦੇ, ਗਾਹਕਾਂ ਦਾ ਚਲੋ ਫਾਇਦਾ ਹੁੰਦਾ ਪਿਆ ਸਾਨੂੰ, ਗਾਹਕ ਨੇ ਰੱਖਣੀ ਹੁੰਦੀ ਹੈ, ਸਾਨੂੰ ਵੀ ਟੈਨਸ਼ਨ ਨਹੀਂ ਹੁੰਦੀ। ਇਨਵੈਸਟਰ ਨੂੰ ਦਈਏ ਤਾਂ ਸਾਡਾ ਵੀ ਨੁਕਸਾਨ ਹੈ ਕਿ ਇਨਵੈਸਟਰ ਸਿਰ ਤੇ ਬਾਹਰ ਰੱਖ ਲੈਂਦਾ, 2 ਦਿਨ ਗੱਡੀ ਨਹੀਂ ਵਿਕਦੀ, ਤੇ ਗਾਹਕ ਤੇ ਲੈ ਗਿਆ ਤਾਂ ਉਹਨੇ ਆਉਣਾ ਹੀ ਨਹੀਂ ਮੁੜ ਕੇ, ਉਹਨੇ 6 ਮਹੀਨੇ ਰੋਣਾ ਤੇ ਜਿੰਨੇ ਦਿਨ ਉਹਨੇ ਲਈ ਹੋਣੀ ਉਹ ਲੱਖ ਉੱਤੇ ਹੀ ਵਿਕਣੀ ਹੈ। ਸਾਡੇ ਕੋਲੋਂ ਗੱਡੀ ਲੈਣ ਦਾ ਫਾਇਦਾ ਜੇ ਵੇਚਣ ਦਾ ਕੋਈ ਫਾਇਦਾ ਨਹੀਂ, ਜੇ ਮੈਂ ਤੁਹਾਨੂੰ ਸਾਰੀ ਦੁਨੀਆ ਨੂੰ ਦੱਸਣਾ ਪਿਆ ਇੱਥੇ ਜਿੰਨੇ ਵੇਚਣੀ ਹੈ ਨਾ ਉਹਨੂੰ ਜ਼ਰੂਰਤ ਹੈ ਤੇ ਉਹ ਇੱਥੇ ਵੇਚ ਲਵੇ। ਜੇ ਤੁਸੀਂ ਕਹੋ ਨਾ ਵੀ ਇੱਥੇ ਤੁਹਾਡੀ ਗੱਡੀ ਮਹਿੰਗੀ ਵਿਕ ਜੇਗੀ, ਉਹ ਕੋਈ ਨਹੀਂ ਜੇ ਗੱਲ, ਇੱਥੇ ਗੱਡੀ ਤੁਲ ਕੇ ਹੀ ਵਿਕਣੀ ਜੇ। ਅਗਰ ਇੱਥੇ ਸਿਰਫ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ, ਜਿਹਨੂੰ ਜ਼ਰੂਰਤ ਹੈ ਲੈਣ ਦੀ ਉਹ ਵੀ ਜ਼ਰੂਰ ਆਪਣਾ ਜਿਹੜਾ ਨਾ ਉਹਨੂੰ ਵਿਚਾਰਨ ਨੇ, ਉਹਨੂੰ ਵੀ ਗੱਡੀ ਸਸਤੀ ਲੱਭ ਜਾਂਦੀ ਹੈ। ਲੈਣ ਵਾਲੇ ਨੂੰ ਇੱਥੇ ਫਾਇਦਾ ਹੈ, ਵੇਚਣ ਵਾਲੇ ਨੂੰ ਇੱਥੇ ਕੋਈ ਫਾਇਦਾ ਨਹੀਂ ਜੇ। ਭਾਵੇਂ ਬੇਸ਼ੱਕ ਜਿਹਨੇ ਕਹਿਣਾ ਨਾ ਵੀ ਮੇਰੀ 30 ਲੱਖ ਦੀ ਗੱਡੀ ਤੇ 35 ਦੀ ਵਿਕ ਜਾਵੇ, ਉਹ ਭਾਵੇਂ ਹੁਣੇ ਕੱਢ ਕੇ ਲੈ ਜਾਵੇ, ਉਹ ਕੋਈ ਜੇ ਵਿਕਣੀ। ਜਿਹਦੀ ਗੱਡੀ 30 ਲੱਖ ਦੀ ਹੈ ਨਾ ਉਹ 30 ਲੱਖ ਦੀ ਵਿਕਣੀ ਜੇ, ਕਿਉਂਕਿ ਅਸੀਂ ਜਿਹੜੀ ਗੱਡੀ ਵੇਚਦੇ ਹਾਂ ਬਾਅਦ 'ਚ ਅਸੀਂ ਉਹਦੇ ਜ਼ਿੰਮੇਦਾਰ ਵੀ ਹਾਂ। ਜਿੰਨੇ ਦੀ ਅਸੀਂ ਗੱਡੀ ਦਿੰਦੇ ਹਾਂ ਆਪਣੇ ਗਾਹਕਾਂ ਨੂੰ, ਉਹਨੇ ਦੀ ਬਾਅਦ 'ਚ ਅਸੀਂ ਉਹਨਾਂ ਦੀ ਖੜੀ ਕਰਕੇ ਵੇਚਦੇ ਵੀ ਹਾਂ।
ਅਸੀਂ ਇਹ ਐਲਾਨ ਹੈ ਸਾਡਾ ਕਿ ਸਾਡੀ ਗੱਡੀ ਦਿੱਤੀ ਹੋਈ ਤੂੰ ਘਾਟਾ ਪੈ ਜਾਵੇ ਉਹ ਤੁਹਾਡਾ ਨਹੀਂ ਉਹ ਸਾਡਾ ਇਸੇ ਤੋਂ ਸਾਡੇ ਕੋਲ ਦੁਨੀਆ ਇਤਬਾਰ ਕਰਦੀ ਹੈ ਤੇ ਸਾਡੇ ਕੋਲ ਗੱਡੀਆਂ ਲੈਂਦੇ ਨੇ ਲੋਕ ਲਿਹਾਜ਼ਾ ਕਾਗਜ਼ਾਂ ਦੀ ਜ਼ਿੰਮੇਵਾਰੀ ਸਾਰੀ ਉਮਰ ਦੀ ਹੈ ਤੇ ਗੱਡੀ ਸਾਡੀ ਦਿੱਤੀ ਹੋਈ ਤੇ ਸਾਰੀ ਉਮਰ ਘਾਟਾ ਨਹੀਂ ਪੈ ਸਕਦਾ ਤੁਹਾਨੂੰ ਵਾਧਾ ਹੀ ਹੈ ਇੱਥੋਂ ਸਾਡੇ ਕੋਲ ਗੱਡੀਆਂ ਲਿਜਾ ਕੇ ਲੋਕੀ ਰੋਲੈਕਸ ਪਾਰਕ ਵੀਲ ਤੇ ਲਾ ਕੇ ਲਿਜਾ ਕੇ ਵੇਚਦੇ ਨੇ ਬਾਹਰ ਵੇਚੋਗੇ ਤੁਹਾਨੂੰ ਫਾਇਦਾ ਹੋਏਗਾ ਮੇਰੇ ਕੋਲ ਵੇਚੋਗੇ ਤੇ ਜਿੰਨੇ ਦੀ ਲਈ ਜੋ ਉਹਨੇ ਦੀ ਵਿਕ ਜਾਏਗੀ ਫਿਰ ਪੂਰੇ ਹੋ ਜਾਣਗੇ ਤੁਹਾਡੇ ਇੱਥੋਂ ਸਿਰਫ ਇਹ ਫਾਇਦਾ ਜੇ ਲੈਣ ਦਾ ਜੇ ਅਗਰ ਤੁਸੀਂ ਕੋਈ ਗਾਹਕ ਹੈ ਭਾਵੇਂ ਇਨਵੈਸਟਰ ਹੈ ਜਿਹੜਾ ਵੀ ਸਾਰੇ ਕੰਨ ਖੋਲ ਕੇ ਸੁਣ ਲਓ ਸਾਡੇ ਕੋਲ ਗੱਡੀ ਲਿਜਾਣ ਦਾ ਇਹੋ ਹੀ ਫਾਇਦਾ ਜੇ ਬਾਹਰ ਜਾ ਕੇ ਵੇਚੋਗੇ ਤੇ ਤੁਹਾਨੂੰ ਫਾਇਦਾ ਹੋਏਗਾ ਮੇਰੇ ਕੋਲ ਵੇਚੋਗੇ ਤੇ ਜਿੰਨੇ ਦੀ ਮੈਂ ਤੁਹਾਡੀ ਤੁਹਾਨੂੰ ਦੇਣੀ ਮੈਂ ਉਹਨੇ ਦੀ ਦੁਬਾਰਾ ਫਿਰ ਵੇਚਣੀ ਮੈਂ ਕਿਉਂਕਿ ਅੱਗੋਂ ਭਾਵੇਂ ਕੋਈ ਗਾਹਕ ਆ ਜਾਵੇ ਤੇ ਭਾਵੇਂ ਅੱਗੋਂ ਫਿਰ ਕੋਈ ਇਨਵੈਸਟਰ ਆ ਜਾਵੇ ਮੈਂ ਉਹਨੇ ਦੀ ਚੀਜ਼ ਵੇਚਣਾ ਜਿੰਨੇ ਦੀ ਇੱਕ ਵਾਰੀ ਵੇਚਣਾ ਭਾਵੇਂ 10 ਵਾਰੀ ਵੀ ਵੇਚਾਂ ਮੈਂ ਉਹਨੇ ਦੀ ਵੇਚਣਾ ਇਹੀ ਮੇਰਾ ਵਾਅਦਾ ਬਾਕੀ ਅੱਲਾ ਨੂੰ ਯਾਦ ਕਰੀਏ ਤੇ ਕਰੀਏ ਸ਼ੁਰੂ ਫਿਕਸ ਕਮਿਸ਼ਨ ਹੈ ਸਾਡੀ 15,000 ਰੁਪਈਆ ਗੱਡੀ ਭਾਵੇਂ 5 ਕਰੋੜ ਦੀ ਹੋਵੇ ਕਮਿਸ਼ਨ ਸਾਡੀ ਫਿਕਸ ਹੈ ਸਿੱਧਾ ਸਿੱਧਾ ਸੌਦਾ ਹੈ ਤੇ ਬੋਲੀ ਲਾਉਣ ਲੱਗਿਆ ਡਰਨਾ ਨਹੀਂ ਮਹਿੰਗੀ ਲੱਗੇ ਤਾਂ ਛੱਡ ਦਿਓ ਉਹਨੂੰ ਕਹੋ ਬਈ ਮੈਨੂੰ ਮਹਿੰਗੀ ਲੱਗਦੀ ਮੈਂ ਨਹੀਂ ਲੈਣੀ ਬਸ ਗੱਲ ਮੁੱਕੀ ਤੁਹਾਨੂੰ ਤੇ ਦੂਜੀ ਜ਼ੁਬਾਨ 'ਚੋਂ ਬੰਦਾ ਦੂਸਰੀ ਗੱਲ ਕਰੇ ਤਾਂ ਫਿਰ ਗੱਲ ਕਰਿਆ ਜੇ ਤੁਹਾਨੂੰ ਬਿਆਨਾ ਨਾ ਦੇਵੇ ਤੇ ਮੈਂ ਤੁਹਾਨੂੰ ਬਿਆਨਾ ਦੇਵਾਂਗਾ ਇਹ ਵੀ ਨਾਲ ਗੱਲ ਹੈ ਬਿਆਨਾ ਤੁਹਾਡਾ ਵਾਪਸ ਹੋਏਗਾ ਲਈ ਜਾਓ ਤਾਂ ਛੱਡੀ ਜਾਓ ਇਹ ਡਰੋ ਨਾ ਲਈ ਜਾਓ ਤਾਂ ਛੱਡੀ ਜਾਓ ਪਤਾ ਤਾਂ ਲੱਗਿਆ ਯਾਰ ਸੌਦਾ ਆ ਬੋਲੀ ਹੀ ਨਹੀਂ ਲਾਉਂਦੇ ਬੰਦੇ ਪਹਿਲੀ ਆ 10 ਗੱਡੀਆਂ ਦੇ ਮੁੰਡੇ ਥੱਕ ਜਾਂਦੇ ਨੇ ਬੋਲ ਬੋਲ ਕੇ ਇੰਜ ਹੋ ਜਾਂਦਾ ਜਿਵੇਂ ਦੰਦਰ ਪੈ ਗਈ ਉਹ ਰੇਟ ਲਾਓਗੇ ਤਾਂ ਗੱਲ ਬਣੇਗੀ ਰੇਟ ਲਾਓਗੇ ਤੁਹਾਨੂੰ ਵੀ ਗੱਡੀਆਂ ਲੱਭਣਗੀਆਂ ਸਾਨੂੰ ਵੀ ਲੱਭਣਗੀਆਂ ਜੇ ਤੁਸੀਂ ਰੇਟ ਨਹੀਂ ਲਾਉਣਾ ਤਾਂ ਖੁਦਾ ਦੀ ਕਿਸਮ ਗੱਡੀ ਵਾਲਿਆਂ ਨੇ ਕਹਿਣਾ ਇੱਥੇ ਗਾਹਕ ਹੀ ਕੋਈ ਨਹੀਂ ਹੈਗਾ ਇਹ ਤਾਂ ਚੋਰ ਨੇ ਸਾਰੇ ਇਕੱਠੇ ਹੋਏ ਗੱਡੀ ਵਾਲੇ ਅੱਗੋਂ ਇੰਜ ਕਹਿੰਦੇ ਨੇ ਜਦੋਂ ਉਹਨੂੰ ਰੇਟ ਲਾਓਗੇ ਨਾ ਜਦੋਂ 30 ਲੱਖ ਵਾਲੀ ਗੱਡੀ ਨੂੰ ਅਸੀਂ 25 ਲੱਖ ਤੋਂ ਸ਼ੁਰੂ ਕਰਨੇ ਆ ਨਾ ਤੁਹਾਡਾ ਕੰਮ ਹੈ 25 ਲੱਖ ਤੋਂ 25 ਲੱਖ 10,000 15,000 ਭਾਵੇਂ ਲੈਣੀ ਹੈ ਜਿਹੜੀ ਲੈਣੀ ਕੁੜੀ ਵੀ ਗੁੰਜਰ ਤਾਂ ਪੂਰੀ ਆਵੇ ਉਹ ਗੱਡੀ ਤਾਂ 30 ਲੱਖ ਦੀ 29 ਲੱਖ ਤੋਂ ਥੱਲੇ ਨਹੀਂ ਹੁੰਦੀ ਇੰਨਾ ਹੀ ਫਰਕ ਹੁੰਦਾ 1-1.5 ਲੱਖ ਦਾ ਉਹ ਖੁਦਾ ਦੇ ਬੰਦੇ ਜਦੋਂ 24 ਲੱਖ ਤੋਂ 25 ਲੱਖ ਤੋਂ 22 ਲੱਖ ਤੋਂ ਸ਼ੁਰੂ ਕਰ ਰਹੇ ਓਏ ਉਦੋਂ ਤਾਂ ਸੱਟ ਪੂਰੀ ਮਾਰਿਆ ਕਰੋ ਉਹਨੂੰ ਪਤਾ ਲੱਗਾ ਯਾਰ ਡੀਲ ਹੁੰਦੀ ਪਈ ਹੈ ਤੇ ਉਹਨੂੰ ਫਿਰ ਪਤਾ ਲੱਗ ਜਾਂਦਾ ਮੇਰੀ ਗੱਡੀ ਇੰਨੇ ਕੁ ਦੀ ਹੈ ਉਹ ਜਦੋਂ ਜਾਂਦੀ ਹੈ ਨਾ 28 ਲੱਖ ਤੇ ਉੱਥੇ ਜਾ ਕੇ ਰਹਿ ਜਾਂਦੇ ਨੇ ਇੱਕਾ ਦੁੱਕਾ ਫਸਣ ਵਾਲੇ ਉਹਨਾਂ ਲੈਣੀ ਹੁੰਦੀ ਹੈ ਗੱਡੀ ਉੱਥੇ ਜਾ ਕੇ ਤੁਸੀਂ ਵੀ ਚੁੱਪ ਕਰ ਜਾ ਕਰੋ ਥੱਲਿਓ ਚੁੱਕ ਕੇ ਰੱਖਿਆ ਕਰੋ ਕੰਮ ਇੱਕ ਵਾਰੀ ਉਹਨੂੰ ਵੀ ਸਮਝ ਆਵੇ ਵੀ ਇੱਥੇ ਗਾਹਕ ਹੈਗੇ ਨੇ ਖੁਦਾ ਦਾ ਨਾਂ ਜੇ ਇੰਜ ਨਿਜ਼ਾਮ ਚੱਲਦਾ ਪਤਾ ਲੱਗਿਆ ਵੀ ਇੱਕ ਵਾਰੀ ਡੋਗਰ ਦੇ ਕੋਲ ਗਾਹਕ ਆਏ ਨੇ ਤੇ ਭਰਾ ਨੇ ਮੁੱਲ ਵੀ ਲਾਇਆ ਤੁਹਾਡੀ ਮਿਹਰਬਾਨੀ ਮੁੱਲ ਧੁੰਨ ਕੇ ਲਾਇਆ ਕਰੋ ਲੈ ਵੀ ਲਊਗਾ ਮੈਂ ਤੁਹਾਨੂੰ ਫਸਣ ਨਹੀਂ ਦਿੰਦਾ ਮੈਂ ਕੈਂਸਲ ਕਰ ਦਿਆਂਗਾ ਮਹਿੰਗੀ ਹੋਈ ਤੇ ਤੁਹਾਨੂੰ ਕੋਈ ਟੈਨਸ਼ਨ ਹੈ ਆਹੋ ਮੈਂ ਅੱਲਾ ਦੀ ਕਸਮ ਹੈ ਬੜੀਆਂ ਗੱਡੀਆਂ ਕੈਂਸਲ ਕਰਨਾ ਬੜੀਆਂ ਗੱਡੀਆਂ ਕੈਂਸਲ ਕਰਨਾ ਮੈਂ ਉਹ ਤੁਸੀਂ ਟੈਨਸ਼ਨ ਨਾ ਲਿਆ ਕਰੇ ਵੀ ਕੈਂਸਲ ਹੋਈ ਨਾ ਤਾਂ ਤਾੜੀਆਂ ਮਾਰਦਾ ਇਹਨੇ 3 ਦਿਨ ਹੋਏ ਨਾ ਲਈ ਹੈ ਗੱਡੀ ਇਹ ਸੁਣ ਲਓ ਹੋਇਆ ਕੀ ਹਾਲਾਂਕਿ ਮਾਮਲਾ ਕੋਈ ਨਹੀਂ ਬਾਇਓਮੈਟ੍ਰਿਕ ਅਸੀਂ ਕਹਿੰਦੇ ਹਾਂ ਕਾਗਜ਼ ਉਹ ਗੱਡੀ ਉਹ ਲੈ ਕੇ ਆਓ ਸਾਡੇ ਕੋਲ ਜਿਹਦੀ ਗੱਡੀ ਕਲੀਅਰ ਹੈ ਦੂਜਾ ਬੰਦਾ ਸਾਡੇ ਕੋਲ ਗੱਡੀ ਲੈ ਕੇ ਨਾ ਵੜੇ ਅਸੀਂ ਨਹੀਂ ਕਲੀਅਰ ਗੱਡੀ ਹੋਣ ਤੋਂ ਬਗੈਰ ਵੇਖਦੇ ਭਾਈ ਜਾਨ ਮਸਲਾ ਕੀ ਕੋਈ ਵੀ ਨਹੀਂ ਸਿਰਫ ਇੱਕ ਹਰ ਪਰਚੇਸ ਬੈਂਕ ਦੀ ਖਤਮ ਹੋਣ ਵਾਲੀ ਸੀ ਉਹ ਵੀ ਹੋ ਗਈ ਹੈ ਲੇਕਿਨ ਉਹਨਾਂ ਨੇ ਭਾਈ ਜਾਨ ਕਿਹਾ ਜੀ ਮੈਂ ਪੇਮੈਂਟ ਨਹੀਂ ਕਰਨੀ ਜਿੰਨੀ ਦੇਰ ਤੱਕ ਬਾਇਓ ਨਹੀਂ ਹੋਣੀ ਅਸੂਲ ਤੇ ਨੇ ਔਰ ਉਹਨਾਂ ਦਾ ਅੱਜ ਬਿਆਨਾ ਵਾਪਸ ਕਰਾ ਦਿੱਤਾ 3 ਦਿਨ ਹੋ ਗਏ ਨੇ ਉਹਨਾਂ ਕੋਲ ਬਾਇਓ ਪਿਛਲਿਆਂ ਕੋਲ ਨਹੀਂ ਦਿੱਤੀ ਗਈ ਪਿਛਲਾ ਬੰਦਾ ਇਹ ਵੀ ਕਹਿੰਦਾ ਪਿਆ 10 ਲੱਖ ਰੁਪਏ ਰੱਖ ਲਓ ਕਿੰਨਾ ਕਹਿੰਦਾ ਜੀ 10 ਲੱਖਾਂ ਦਾ ਰੱਖ ਲਓ ਪਰ ਮੈਂ ਕਿਹਾ ਅਸੀਂ